ਇੱਕ ਵਾਰ ਫਿਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਰੀਸੈਂਟ ਅਪਡੇਟ ਲੈ ਕੇ, ਤੇ ਇਹ ਜਿਹੜਾ ਅਪਡੇਟ ਹੈ ਦੋਸਤੋ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੀ ਐਗਜ਼ਾਮ ਡੇਟ ਬਾਰੇ ਹੈ। ਹਾਲ ਹੀ ਵਿੱਚ ਦੋਸਤੋ ਇੱਕ ਜਵਾਨ ਨੇ ਕਮੈਂਟ ਕਰਕੇ ਦੱਸਿਆ ਕਿ ਉਸ ਦੀ ਐਗਜ਼ਾਮ ਡੇਟ ਜਿਹੜੀ ਹੈ ਉਹ ਚੇਂਜ ਹੋ ਚੁੱਕੀ ਹੈ, ਤੇ ਜਵਾਨ ਦਾ ਕਹਿਣਾ ਕਿ ਪਹਿਲਾਂ ਇਸ ਦੀ ਐਗਜ਼ਾਮ ਡੇਟ 10 ਜੁਲਾਈ ਸੀ ਜਿਹੜੀ ਚੇਂਜ ਹੋ ਕੇ ਹੁਣ 16 ਅਗਸਤ ਹੋ ਚੁੱਕੀ ਹੈ, ਠੀਕ ਹੈ। ਸੋ ਜਵਾਨ ਪੁੱਛ ਰਿਹਾ ਵੀ ਤੁਸੀਂ ਪਤਾ ਕਰਕੇ ਦੱਸੋ ਕਿਸੇ ਹੋਰ ਕੈਂਡੀਡੇਟ ਦੀ ਵੀ ਐਗਜ਼ਾਮ ਡੇਟ ਚੇਂਜ ਹੋਈ ਹੈ ਜਾਂ ਨਹੀਂ ਹੋਈ। ਸੋ ਜਿੰਨੇ ਵੀ ਜਵਾਨ ਜਿਨ੍ਹਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਵਾਸਤੇ ਫੋਰਮ ਅਪਲਾਈ ਕੀਤਾ ਹੈ ਤੇ ਜਿਨ੍ਹਾਂ ਨੂੰ ਐਗਜ਼ਾਮ ਡੇਟ ਦੀ ਮੇਲ ਆ ਚੁੱਕੀ ਹੈ, ਤਾਂ ਬਈ ਫਟਾਫਟ ਤੁਸੀਂ ਇੱਕ ਵਾਰ ਜ਼ਰੂਰ ਆਪਦੀ ਮੇਲ ਚੈੱਕ ਕਰ ਲਿਓ ਕਿ ਤੁਹਾਨੂੰ ਵੀ ਐਗਜ਼ਾਮ ਡੇਟ ਚੇਂਜ ਹੋਣ ਦੀ ਮੇਲ ਆਈ ਹੈ ਜਾਂ ਨਹੀਂ ਆਈ। ਜੇ ਨਹੀਂ ਆਈ ਫਿਰ ਵੀ ਵਧੀਆ ਗੱਲ ਹੈ, ਜੇ ਆ ਗਈ ਤਾਂ ਵੀ ਵਧੀਆ ਗੱਲ ਹੈ। ਅਤੇ ਇੱਕ ਗੱਲ ਹੋਰ ਮੇਰੀ ਸਾਰੇ ਜਵਾਨਾਂ ਨੂੰ ਕਹਿਣਾ ਹੈ ਵੀ ਜਦੋਂ ਤੱਕ ਤੁਹਾਡਾ ਐਗਜ਼ਾਮ ਫਿਨਿਸ਼ ਨਾ ਹੋ ਜੇ ਤੁਸੀਂ ਆਪਦੀ ਮੇਲ ਆਈਡੀ ਜ਼ਰੂਰ ਚੈੱਕ ਕਰਦੇ ਰਿਹਾ ਕਰੋ, ਠੀਕ ਹੈ। ਅਤੇ ਮੇਲ ਦੇ ਵਿੱਚ ਸਪੈਮ ਦੇ ਵਿੱਚ ਜਾ ਕੇ ਵੀ ਚੈੱਕ ਕਰ ਲਿਆ ਕਰੋ, ਕਿਉਂਕਿ ਅਪਡੇਟ ਜਿਹੜਾ ਹੈ ਇੱਕੋ ਨਾਲ ਕਈ ਜਵਾਨਾਂ ਨੂੰ ਭੇਜਿਆ ਜਾਂਦਾ, ਇਸ ਕਰਕੇ ਤੁਹਾਡਾ ਜਿਹੜਾ ਮੈਸੇਜ ਹੁੰਦਾ ਹੈ ਮੇਲ ਬਾਕਸ ਦੇ ਸਪੈਮ ਫੋਲਡਰ ਦੇ ਵਿੱਚ ਚਲਿਆ ਜਾਂਦਾ ਹੈ, ਉੱਥੇ ਜਾ ਕੇ ਤੁਸੀਂ ਜ਼ਰੂਰ ਚੈੱਕ ਕਰਿਆ ਕਰੋ। ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਜ਼ਰੂਰੀ ਜਾਣਕਾਰੀ ਜਿਹੜੇ ਕਾਫੀ ਜਵਾਨਾਂ ਦਾ ਡਾਊਟ ਹੈ, ਠੀਕ ਹੈ। ਇੱਕ ਤਾਂ ਇਹ ਮੇਲ ਆਈ ਡੀ ਭੁੱਲਣ ਵਾਲਾ, ਠੀਕ ਹੈ। ਜੇ ਬਈ ਤੁਸੀਂ ਆਪਦੀ ਮੇਲ ਆਈ ਡੀ ਭੁੱਲ ਗਏ ਤਾਂ ਕੋਈ ਆਪਸ਼ਨ ਨਹੀਂ, ਆਪਦੀ ਮੇਲ ਆਈ ਡੀ ਤੁਸੀਂ ਰਿਕਵਰ ਕਰਨੀ ਹੋਏਗੀ। ਜਿਹੜਾ ਤੁਸੀਂ ਨੰਬਰ ਵਗੈਰਾ ਮੇਲ ਆਈ ਡੀ ਬਣਾਉਣ ਵੇਲੇ ਦਿੱਤਾ ਸੀ ਉਹ ਪਾ ਕੇ ਤੁਸੀਂ ਆਪਦੀ ਮੇਲ ਆਈ ਡੀ ਰਿਕਵਰ ਕਰ ਸਕਦੇ ਹੋ। ਇਸ ਤੋਂ ਇਲਾਵਾ ਦੋਸਤੋ ਇੱਥੇ ਕਈ ਜਵਾਨ ਇੱਦਾਂ ਦੇ ਹੈ ਜਿਨ੍ਹਾਂ ਨੇ ਫੀਸ ਤਾਂ ਭਰੀ ਸੀ ਬਟ ਹੁਣ ਜਦੋਂ ਲੌਗਇਨ ਕਰਕੇ ਆਪਦੇ ਐਡਮਿਟ ਕਾਰਡ ਵਾਸਤੇ ਜਾ ਰਹੇ ਹੈ ਜਾਂ ਐਗਜ਼ਾਮ ਡੇਟ ਦੇਖਣ ਵਾਸਤੇ ਜਾ ਰਹੇ ਹੈ, ਤਾਂ ਉਹਨਾਂ ਨੂੰ ਇਹ ਮੈਸੇਜ ਮਿਲ ਰਿਹਾ ਕਿ ਉਹਨਾਂ ਨੇ ਫੀਸ ਪੇ ਨਹੀਂ ਕਰੀ। ਤਾਂ ਬਾਈ ਘਬਰਾਓ ਨਾ, ਜੇ ਤੁਸੀਂ ਫੀਸ ਪੇ ਕਰੀ ਹੋਈ ਹੈ, ਤੁਹਾਡੇ ਕੋਲ ਪ੍ਰੂਫ ਹੈ ਭਾਵੇਂ ਪ੍ਰਿੰਟ ਆਊਟ ਦਾ ਹੋਏ ਭਾਵੇਂ ਸਕਰੀਨਸ਼ੋਟ ਦਾ ਹੋਏ, ਜਦੋਂ ਤੁਸੀਂ ਲੌਗਇਨ ਕਰਦੇ ਹੋ ਤਾਂ ਉਸ ਦੇ ਵਿੱਚ ਹੈਲਪ ਡੈਸਕ ਵਾਲਾ ਤੁਹਾਨੂੰ ਆਪਸ਼ਨ ਦਿਸੇਗਾ, ਉਸ ਦੇ ਵਿੱਚ ਤੁਸੀਂ ਆਪਦੀ ਕੁਐਰੀ ਪਾ ਦੇਣੀ ਹੈ, ਨਾਲ ਦੀ ਨਾਲ ਜਿਹੜਾ ਵੀ ਤੁਹਾਡੇ ਕੋਲ ਪ੍ਰੂਫ ਹੈ ਉਹ ਤੁਸੀਂ ਸਬਮਿਟ ਕਰ ਦੇਣਾ, ਉੱਥੇ ਤੁਹਾਡੇ ਮਸਲੇ ਦਾ ਹੱਲ ਜਿਹੜਾ ਹੋ ਸਕਦਾ, ਠੀਕ ਹੈ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ। ਨਾਲੇ ਦੋਸਤੋ ਅੱਜ ਆਪਣੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਵਾਲੇ ਪਹਿਲਾ ਪੇਪਰ ਹੋ ਚੁੱਕਿਆ ਹੈ, ਠੀਕ ਹੈ। ਉਸ ਦੇ ਰਿਵਿਊ ਵਗੈਰਾ ਤੁਸੀਂ ਚੈੱਕ ਕਰ ਲਏ, ਹੁਣ ਇਹ ਸੇਮ ਪਿਛਲਾ ਪੈਟਰਨ ਹੀ ਰਿਪੀਟ ਹੋ ਰਿਹਾ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਹੈ। ਜੇ ਤੁਸੀਂ ਮਿਹਨਤ ਕੀਤੀ ਹੈ ਆਰਾਮ ਨਾਲ ਪੇਪਰ ਕੁਆਲੀਫਾਈ ਕਰ ਸਕਦੇ ਹੋ, ਘਬਰਾਉਣਾ ਨਹੀਂ, ਤੁਸੀਂ ਆਰਾਮ ਨਾਲ ਆਪਦਾ ਪੇਪਰ ਕਰਕੇ ਆਉਣਾ, ਠੀਕ ਹੈ। ਤੁਹਾਡਾ ਕੋਈ ਡਾਊਟ ਹੋਏ, ਸਵਾਲ ਹੋਏ, ਮੈਨੂੰ ਕਮੈਂਟ ਕਰਕੇ ਪੁੱਛ ਲਿਓ, ਅਤੇ ਬਾਕੀ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਉਦੋਂ ਤੱਕ ਦੇ ਲਈ ਰੱਬ ਰਾਖਾ।